ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਵੀਨ ਕੋਮਲ ਅਤੇ ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ। ਅੱਜ ਅਸੀਂ ਚਰਚਾ ਕਰਾਂਗੇ ਪੰਜਾਬ ਦੇ ਵਿੱਚ ਵਾਪਰੀ ਇੱਕ ਬੇਹੱਦ ਦੁਖਦ ਘਟਨਾ ਦੀ। ਤੁਸੀਂ ਸਮਝੀ ਗਏ ਹੋਵੋਗੇ ਕਿਸ ਮੁੱਦੇ ਬਾਰੇ ਗੱਲ ਕਰਨੀ ਹੈ। ਫਤਿਹਵੀਰ ਸਿੰਘ, ਇੱਕ ਮਾਸੂਮ ਬੱਚਾ, 2 ਸਾਲ ਦਾ ਬੱਚਾ, ਜਿਹਨੂੰ ਤੀਜਾ ਸਾਲ ਇੱਕ ਬੋਰਵੈਲ ਦੇ ਵਿੱਚ ਫਸੇ ਤੀਜਾ ਸਾਲ ਲੱਗਿਆ ਇੱਕ ਬੱਚੇ ਨੂੰ, ਜਿਹਦੀ ਦਰਦਨਾਕ ਮੌਤ ਹੋਈ ਔਰ ਜਿਹੜਾ ਸ਼ਿਕਾਰ ਹੋਇਆ ਸਰਕਾਰੀ ਤਜਰਬਿਆਂ ਦਾ, ਅਣਗਹਿਲੀਆਂ ਦਾ। ਅਤੇ ਬੇਹੱਦ ਦੁੱਖ ਦੀ ਗੱਲ ਹੈ ਕਿ ਸ਼ਿਕਾਰ ਹੋਇਆ ਆਪਣੇ ਮਾਪਿਆਂ ਵੱਲੋਂ ਪੱਟੇ ਗਏ ਇੱਕ ਜਾਨਲੇਵਾ ਟੋਏ ਦਾ। ਫਤਿਹਵੀਰ ਸਿੰਘ ਜਿਹੜਾ ਕਿ ਇੱਕ ਬਹੁਤ ਹੀ ਛੋਟੀ ਉਮਰ ਦੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਿਆ, ਉਹਦੀ ਹੋਣੀ ਤੋਂ ਬਾਅਦ ਜਿਹੜੀ ਕਿ ਅਣਹੋਣੀ ਸੀ, ਅਣਹੋਣੀ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਕਿਆ ਸਰਾਈਆਂ ਚੱਲਦੀਆਂ ਨੇ। ਅਸੀਂ ਇਸ ਮੁੱਦੇ ਦੇ ਉੱਤੇ ਚਰਚਾ ਕਰਾਂਗੇ। ਮੇਰੇ ਨਾਲ ਨੇ ਮੇਰੇ ਸਹਿਯੋਗੀ ਗੁਰਮੀਤ ਸਿੰਘ ਤੁੰਗ। ਅੱਜ ਅਸੀਂ ਜਿਹੜੀ ਇਹ ਗੱਲ ਹੈ, ਬੜੀ ਦੁਖਦਾਈ ਘਟਨਾ ਹੋਈ ਹੈ। ਕੋਈ ਕਹਿ ਰਿਹਾ ਕਿ ਇਹ ਚੀਜ਼ ਹੋਣੀ ਚਾਹੀਦੀ ਸੀ, ਕੋਈ ਚੀਜ਼ ਕਹਿ ਰਿਹਾ ਕਿ ਇਹ ਚੀਜ਼ ਘਟਨਾ ਨਹੀਂ ਹੋਣੀ ਚਾਹੀਦੀ ਸੀ। ਜਿੰਨੇ ਮੂੰਹ ਨੇ ਉਨੀਆਂ ਗੱਲਾਂ ਨੇ। ਅਤੇ ਬੜੀ ਦੁੱਖ ਦੀ ਗੱਲ ਹੈ, ਇੱਕ ਨੰਨੀ ਮਾਸੂਮ ਜਾਨ ਜਿਹਦੀ ਰੱਖਿਆ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਉਹਦੇ ਮਾਂ ਬਾਪ ਦੇ ਉੱਤੇ ਸੀ। ਪ੍ਰਸ਼ਾਸਨ ਦੀ ਡਿਊਟੀ ਬਾਅਦ ਵਿੱਚ ਆਉਂਦੀ ਹੈ। ਹਾਦਸਾ ਜਿਹੜਾ ਘਟਿਆ ਉਹਨਾਂ ਦੇ ਵਿਹੜੇ ਦੇ ਵਿੱਚ ਘਟਿਆ, ਜਿੱਥੇ ਉਹਨਾਂ ਨੇ 7 ਸਾਲ ਤੋਂ ਇੱਕ ਮੌਤ ਦਾ ਖੂਹ ਪੱਟ ਰੱਖਿਆ ਸੀ। ਔਰ ਬੜੀ ਦੁੱਖ ਦੀ ਗੱਲ ਹੈ ਕਿ ਉਹ ਮੌਤ ਦੇ ਖੂਹ ਨੂੰ ਉਹਨਾਂ ਨੇ, ਯਾਨੀ ਕਿ ਬੋਰਵੈਲ ਨੂੰ, ਉਹਨੂੰ ਉਹਨਾਂ ਨੇ ਇੱਕ ਪਲਾਸਟਿਕ ਦੀ ਜਿਹੜੀ ਬੋਦੀ, ਬੜੀ ਪੁਰਾਣੀ, ਦੇਖੋ 7-8 ਸਾਲ ਤੋਂ ਪੁਰਾਣੀ ਬੋਰੀ ਦੇ ਨਾਲ ਢੱਕਿਆ ਹੋਇਆ ਸੀ, ਜਿਹੜੀ ਕਿ ਬੜੀ ਜਰਜਰ ਖਸਤਾ ਹਾਲ ਦੇ ਵਿੱਚ ਸੀ। ਉਹਦੇ ਉੱਤੇ ਇੱਟਾਂ ਵੀ ਰੱਖੀਆਂ ਹੋਈਆਂ ਸੀ, ਪਰ ਉਹ ਇੱਟਾਂ ਉਸ ਦਿਨ ਇਸ ਕਰਕੇ ਚੁੱਕ ਲਈਆਂ ਉਹਨਾਂ ਦੇ ਮਾਪਿਆਂ ਨੇ ਕਿ ਉਹਨਾਂ ਨੇ ਆਪਣੀ ਕਾਰ ਧੋ ਕੇ ਉੱਥੋਂ ਦੀ ਲੰਘਾਉਣੀ ਸੀ, ਤਾਂ ਜੋ ਕਾਰ ਦਾ ਨੁਕਸਾਨ ਨਾ ਹੋ ਜਾਵੇ ਇੱਟਾਂ ਦੇ ਨਾਲ। ਔਰ ਕਾਰ ਦਾ ਨੁਕਸਾਨ ਬਚਾਉਣ ਦੇ ਲਈ ਉਹ ਐਡਾ ਜ਼ਬਰਦਸਤ ਆਪਦਾ ਜ਼ਿੰਦਗੀ ਦਾ ਨਾ ਪੂਰਾ ਹੋਣ ਵਾਲਾ ਨੁਕਸਾਨ ਕਰਵਾ ਬੈਠੇ ਨੇ। ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ? ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੈਂ ਗੱਲ ਪੰਜਾਬ ਦੀ ਟੀਵੀ ਵੱਲੋਂ ਉਸ ਬੱਚੇ ਦੀ ਆਤਮਾ ਨੂੰ ਸ਼ਾਂਤੀ ਵਾਸਤੇ ਉਸ ਅਕਾਲ ਪੁਰਖ ਅਰਦਾਸ ਕਰਾਂਗਾ, ਉਹਨੂੰ ਆਪਣੇ ਚਰਨਾਂ ਵਿੱਚ ਥਾਂ ਦੇਣ ਜੀ। ਬਾਕੀ ਇਹ ਜੋ ਐਡਾ ਵੱਡਾ ਕਾਰਾ ਹੋਇਆ ਹੈ, ਇਹ ਇੱਕ ਉਹਨਾਂ ਦੇ ਪਰਿਵਾਰ ਦੀ ਅਣਗਹਿਲੀ ਜੀ, ਦੂਸਰਾ ਜਿਹੜਾ ਇੱਕ ਸਰਕਾਰੀ ਮਸ਼ੀਨਰੀ ਹੈ ਅਤੇ ਰਾਜਨੀਤਿਕ ਮਸ਼ੀਨਰੀ ਹੈ, ਦੋਨਾਂ ਲਈ ਬਹੁਤ ਸ਼ਰਮ ਦੀ ਗੱਲ ਹੈ, ਬਹੁਤ ਸ਼ਰਮ ਦੀ ਗੱਲ। ਮੈਂ ਨੈੱਟ 'ਤੇ ਦੇਖ ਰਿਹਾ ਸੀਗਾ ਕਿ ਇੱਕ ਐਸੀ ਮਸ਼ੀਨਰੀ ਮਦੁਰਈ ਦੇ ਵਿੱਚ ਇੱਕ ਬੱਚੇ ਨੇ ਬਣਾਈ ਹੋਈ ਹੈ ਔਰ ਉੱਥੇ ਐਕਸਪੈਰੀਮੈਂਟ ਵੀ ਕੀਤਾ ਹੈ, ਔਰ ਉਹ ਉਹਨੇ ਇੰਨਾ ਵਧੀਆ ਉਹਦਾ ਇਹ ਜਿਹੜਾ ਐਕਸਪੈਰੀਮੈਂਟ ਸਕਸੈਸਫੁਲ ਹੋਇਆ ਸੀਗਾ, ਉਹਨੂੰ ਆਰਮੀ ਨੇ ਆਪਣੇ ਕੋਲ ਉਸ ਮਸ਼ੀਨ ਰੱਖਿਆ ਹੋਇਆ, ਉਹਦੇ ਉੱਤੇ ਬੰਦਾ ਪ੍ਰੋਪਰ ਅਪੁਆਇੰਟ ਵੀ ਕੀਤਾ ਹੋਇਆ ਕਿ ਜੇ ਕਿਤੇ ਐਸੀ ਕੋਈ ਆਪਾਤਕਾਲੀਨ ਸਥਿਤੀ ਆ ਜਾਵੇ ਤਾਂ ਉਹਨੂੰ ਬਚਾ ਸਕੀਏ ਜੀ। ਬਿਲਕੁਲ, ਔਰ ਬੜੇ ਕਮਾਲ ਦੀ ਗੱਲ ਹੈ ਕਿ ਇੱਕ ਪੰਜਾਬ ਦੇ ਬੰਦੇ ਨੇ ਹੀ ਬਹੁਤ ਜ਼ੋਰ ਲਾਇਆ, ਉਹਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਉਹ ਮਸ਼ੀਨਰੀ ਮੰਗਵਾਈ ਜਾਵੇ, ਲੇਕਿਨ ਐਸਾ ਜੋ ਆਪਣਾ ਸਿਸਟਮ ਹੈ ਉਹ ਇੰਨਾ ਪੇਚੀਦਾ ਹੈ ਔਰ ਇੰਨਾ ਮੱਕਾਰ ਹੈ ਔਰ ਇੰਨਾ ਜ਼ਿਆਦਾ ਆਪਣੇ ਆਪ ਹੁੰਦਰਾ ਹੈ ਕਿ ਉਹਨੂੰ ਸਿਰਫ ਆਪਣੀ ਟੌਰ ਤੋਂ ਜਾਂ ਆਪਣੇ ਕੰਮ ਤੋਂ ਇਲਾਵਾ ਕੁਝ ਦਿਸਦਾ ਹੀ ਨਹੀਂ। ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹਦੇ ਵਿੱਚ ਜਦੋਂ ਸੰਪਰਕ ਕੀਤਾ ਗਿਆ ਆਰਮੀ ਦੇ ਉਸ ਬੰਦੇ ਦੇ ਨਾਲ, ਉਸ ਆਪਰੇਟਰ ਦੇ ਨਾਲ ਜਿਹਦੇ ਕੋਲੋਂ ਮਸ਼ੀਨ ਦੱਸੀ ਜਾਂਦੀ ਹੈ, ਤਾਂ ਇਹ ਦੱਸਿਆ ਜਾਂਦਾ ਹੈ ਕਿ ਉਹਨੇ ਪਹਿਲਾਂ ਜਵਾਬ ਹੀ ਦਿੱਤਾ ਕਿ ਮੇਰੇ ਕੋਲ ਕੋਈ ਮਸ਼ੀਨ ਨਹੀਂ ਜੀ। ਜਦੋਂ ਫਿਰ ਉਹ ਪੰਜਾਬ ਦੇ ਨੌਜਵਾਨ ਨੇ ਉਹਨੂੰ ਸਾਰੀ ਗੱਲ ਦੱਸੀ ਵੀ ਇੱਥੋਂ ਆ ਮਸ਼ੀਨ ਆਈ, ਫਿਰ ਉਹਨੇ ਦੱਸਿਆ ਕਿ ਮੈਨੂੰ ਇਸ ਕਰਕੇ ਸਾਈਡ 'ਤੇ ਰੱਖੀ ਹੋਈ ਹੈ ਕਿ ਮੈਨੂੰ ਚਲਾਉਣੀ ਨਹੀਂ ਆਉਂਦੀ ਜੀ। ਬਿਲਕੁਲ, ਉਹ ਚਲਾਉਣ ਵਾਲਾ ਬੰਦਾ ਆਊਟ ਆਫ ਸਟੇਸ਼ਨ ਗਿਆ ਹੋਇਆ ਜੀ, ਇਸ ਕਰਕੇ ਫਿਰ ਜਿਸ ਬੰਦੇ ਨੇ ਉਹਦਾ ਇਜਾਦ ਕੀਤਾ ਸੀ, ਜਿਸ ਬੱਚੇ ਨੇ ਜਿਹੜਾ ਕਿ ਕਾਲਜ ਛੱਡ ਚੁੱਕਿਆ ਸੀ, ਉਹਦੇ ਨਾਲ ਵੀ ਸੰਪਰਕ ਕੀਤਾ ਗਿਆ, ਉਹਨੇ ਕਿਹਾ ਕਿ ਮੈਂ ਇਸ ਮਸ਼ੀਨ ਨੂੰ ਚਲਾ ਸਕਦਾ ਜੇ ਤੁਸੀਂ ਆਰਮੀ ਨੂੰ ਕਹਿ ਕੇ ਮੇਰੀ ਉਹਦੇ ਨਾਲ ਰਾਬਤਾ ਕਾਇਮ ਕਰਵਾ ਦਿਓ। ਔਰ ਉਹਦੀ ਦੋਨਾਂ ਦੀ ਕਾਨਫਰੰਸ 'ਤੇ ਗੱਲਬਾਤ ਕਰਾਈ ਗਈ ਉਸ ਆਰਮੀ ਮੈਨ ਦੀ, ਅਤੇ ਉਹਦੀ ਦੋਨੋਂ ਤਿਆਰ ਹੋ ਗਏ, ਪਰ ਦੂਸਰਾ ਮਸਲਾ ਇਹ ਸੀਗਾ ਕਿ ਇਹਨੂੰ ਏਅਰਲਿਫਟ ਕਰਕੇ ਕਿਵੇਂ ਲਿਆਂਦਾ ਜਾਵੇ। ਚਲੋ, ਉਹ ਵੀ ਆ ਮਸਲਾ ਕਿਤੇ ਹੱਲ ਹੋ ਜਾਣਾ ਸੀਗਾ, ਲੇਕਿਨ ਜਿੱਥੇ ਲੈ ਕੇ ਆਉਣਾ ਸੀ, ਕਿਉਂਕਿ ਇੱਥੇ NDRF ਦੀ ਟੀਮ, ਡੇਰੇ ਵਾਲਿਆਂ ਦੀ ਟੀਮ ਔਰ ਪਿੰਡ ਦੇ ਲੋਕ ਲੱਗੇ ਸਨ, ਇਹਨਾਂ ਨੇ ਆਪਣੇ ਆਪਣੇ ਕ੍ਰੈਡਿਟ ਨੂੰ ਹੋਰ ਜ਼ਿਆਦਾ ਖੋਣ ਵਾਸਤੇ ਕਿ ਬਾਅਦ 'ਚ ਕਿਤੇ ਇਹ ਨਾ ਕਹਿਣ ਕਿ ਕਿਸੇ ਹੋਰ ਬੰਦੇ ਨੇ ਕੰਮ ਕਰਤਾ। ਪਿੰਡ ਦੇ ਵਿੱਚ ਵੀ ਕੁਛ ਐਸੇ ਬੰਦੇ ਸਨ, ਐਸੀ ਬੱਚੇ ਸਨ ਜਿਹਨੇ ਕਿਹਾ ਸੀ ਮੈਨੂੰ ਤੁਸੀਂ 2 ਰੱਤਾਂ ਬੰਨ ਕੇ ਥੱਲੇ ਭੇਜੋ, ਮੈਂ ਉਹਨੂੰ ਖਿੱਚ ਕੇ ਲੈਵਾਂਗੀ। ਇੱਕ ਛੋਟੀ ਬੱਚੀ ਨੇ ਇਹ ਵੀ ਕਿਹਾ ਸੀ, ਇੱਕ ਬਾਜੀਗਰ ਆਪਣੀ ਬੱਚੀ ਸਮੇਤ ਆਇਆ ਸੀ ਉੱਥੇ ਜੀ। ਬਿਲਕੁਲ, ਉਹਨੇ ਵੀ ਕਿਹਾ ਸੀ ਕਿ ਮੇਰੀ ਬੱਚੀ ਦੀਆਂ ਲੱਤਾਂ ਬੰਨ ਕੇ, ਕਿਉਂਕਿ ਉਹ ਬਾਜੀਆਂ ਵਗੈਰਾ ਲਾਉਂਦੇ ਨੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ, ਔਰ ਉਹ ਤੁਸੀਂ ਵੇਖਿਆ ਹੋਊਗਾ ਕਿ ਬਾਜੀਗਰ ਇੱਕ ਛੋਟੇ ਜਿਹੇ ਗੋਲ ਜਿਹੇ ਚੱਕਰ ਦੇ ਵਿੱਚੋਂ, ਲੋਹੇ ਦੇ ਵਿੱਚੋਂ ਆਪਣਾ ਸਰੀਰ ਬੜੇ ਆਸਾਨੀ ਨਾਲ ਕੱਢ ਲੈਂਦੇ ਨੇ ਜੀ ਜੀ। ਉਹਨੇ ਕਿਹਾ ਸੀ ਕਿ ਇਹ ਕੱਢ ਲਿਆਊਗੀ ਤੇ ਇਹਨੂੰ, ਪਰ ਪ੍ਰਸ਼ਾਸਨ ਨੇ ਉਹਦੀ ਇਜਾਜ਼ਤ ਨਹੀਂ ਦਿੱਤੀ। ਇਹ ਗੱਲ ਤਾਂ ਛੱਡੋ, ਵੀਰਵਾਰ ਨੂੰ ਬੱਚਾ
ਬੋਰਵੈਲ ਦੇ ਵਿੱਚ ਡਿੱਗਿਆ ਜੀ 3:30 ਵਜੇ, 5 ਕੁ ਵਜੇ 6 ਕੁ ਵਜੇ ਮੇਰਾ ਖਿਆਲ ਐਡਮਿਨਿਸਟ੍ਰੇਸ਼ਨ ਦੇ ਬੰਦੇ ਵੀ ਉੱਥੇ, ਪੁਲਿਸ ਵਗੈਰਾ ਪਹੁੰਚ ਗਈ ਜੀ। ਤਾਂ ਉਸ ਤੋਂ ਬਾਅਦ ਉੱਥੇ ਇੱਕ ਬੰਦਾ ਅਜਿਹਾ ਸੀ ਜਿਹੜਾ ਬੰਦੇ ਨੇ ਬਾਅਦ ਵਿੱਚ, ਹੁਣ ਜਿਹੜੇ ਬੰਦੇ ਨੇ ਫਤਿਹਵੀਰ ਨੂੰ ਜਿਹਨੇ ਕੱਢਿਆ ਬੋਰ ਦੇ ਵਿੱਚੋਂ, ਉਹ ਜਿਹੜੇ ਤਰੀਕੇ ਉਹਨੇ ਹੁਣ ਕੱਢਿਆ, ਉਹ ਕਹਿ ਰਿਹਾ ਸੀ ਪਹਿਲੇ ਦਿਨ ਤੋਂ ਹੀ ਕਿ ਮੈਂ ਕੱਢ ਦੂੰਗਾ ਇਹਨੂੰ, ਮੈਨੂੰ ਭੇਜੋ ਜੀ। ਬਿਲਕੁਲ। ਤਾਂ ਉਹਨੂੰ ਇਜਾਜ਼ਤ ਨਹੀਂ ਦਿੱਤੀ, ਜਿਹਨੂੰ ਲਾਸਟ ਦੇ ਵਿੱਚ ਜਦੋਂ ਸਾਰਿਆਂ ਦੇ ਹੱਥ ਖੜੇ ਹੋ ਗਏ, ਇੱਥੋਂ ਤੱਕ ਕਿ NDRF ਦੇ ਹੱਥ ਵੀ ਖੜੇ ਹੋ ਗਏ, ਉਸ ਤੋਂ ਬਾਅਦ ਇਸ ਉਸ ਬੰਦੇ ਨੇ ਕੱਢਿਆ ਜੀ। ਜੀ ਜੀ, ਮੈਂ ਇੱਕ ਦੱਸਣਾ ਚਾਹਾਂਗਾ ਕਿੰਨੀ ਕਿੰਨੀ ਹੈਰਾਨੀ ਔਰ ਕਿੰਨੀ ਸ਼ਰਮ ਦੀ ਗੱਲ ਹੈ। 3-4 ਦਿਨ 5 ਦਿਨ ਜਿਸ ਪ੍ਰੋਜੈਕਟ ਤੇ ਕੰਮ ਹੋਇਆ ਉਹਦੇ ਨਾਲ ਬਿਲਕੁਲ ਲੱਗਦਾ 3 ਫੁੱਟ ਦਾ ਇੱਕ ਜੋ ਟੋਇਆ ਪੱਟਿਆ ਗਿਆ ਸੀ, ਲੇਕਿਨ ਬਾਅਦ 'ਚ ਕੱਢਿਆ ਗਿਆ ਸਿਰਫ ਬੋਰਵੈਲ ਦੇ ਮੋਰੇ ਥਾਈਂ। ਮਤਲਬ ਜੋ ਇੰਨੇ ਦਿਨ ਉਹਨਾਂ ਨੇ ਇਹਨਾਂ ਜਦੋਂ ਪ੍ਰੈਕਟਿਸ ਕੀਤੀ, ਇਹਨੇ ਐਕਸਪੈਰੀਮੈਂਟ ਕੀਤੇ ਸਿਰਫ ਆਪਣੇ ਆਪ ਨੂੰ ਸ਼ੋਅ ਕਰਨ ਵਾਸਤੇ ਕਿ ਅਸੀਂ ਹੈਗੇ ਹਾਂ, ਲੇਕਿਨ ਬਾਅਦ ਦੇ ਵਿੱਚ ਉਹ ਛੱਡ ਕੇ ਉਸ ਤੋਂ ਬਾਅਦ ਉਸੇ ਬੋਰਵੈਲ ਤੋਂ ਸਿੱਧਾ ਹੀ ਉਸ ਬੱਚੇ ਨੂੰ ਖਿੱਚ ਕੇ ਕੱਢਿਆ ਗਿਆ। ਇਹ ਸਭ ਐਕਸਪੈਰੀਮੈਂਟ ਕੀਤੇ ਗਏ ਨੇ, ਬੱਚੇ ਦੀ ਜਾਨ ਨਾਲ ਐਕਸਪੈਰੀਮੈਂਟ ਕੀਤੇ ਗਏ ਨੇ। ਮੈਂ ਇਸ ਚੀਜ਼ 'ਤੇ ਹੈਰਾਨ ਹੈ ਕਿ ਅਗਰ ਕਿਸੇ ਸਰਕਾਰੀ ਅਫਸਰ ਦਾ ਜਾਂ ਕਿਸੇ ਰਾਜਨੀਤਿਕ ਬੰਦੇ ਦਾ ਬੱਚਾ ਨਾ ਪਰਮਾਤਮਾ ਨਾ ਕਰੇ ਜੇ ਡਿੱਗਦਾ ਤਾਂ ਕੀ ਐਵੇਂ ਹੁੰਦਾ। ਦੇਖੋ, ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਅਸੀਂ ਵੇਖਿਆ ਕਿ ਉੱਥੇ ਬਾਂਦਰ ਟਪੂਸੀਆਂ ਵਾਲੀ ਮਾਹੌਲ ਸੀ ਜੀ। ਬਿਲਕੁਲ। ਪਿੰਡ ਦਿਆਂ ਲੋਕਾਂ ਨੇ ਜਾਂ ਦੂਸਰਿਆਂ ਜਿਹੜੀਆਂ ਹੋਰ ਸਮਾਜ ਸੇਵੀ ਜਥੇਬੰਦੀਆਂ ਸੀ, ਉਹਨਾਂ ਨੇ ਟੋਆ ਪੱਟਿਆ ਉਹਦੇ ਪੈਰਲਲ, ਠੀਕ ਹੈ। ਬਿਲਕੁਲ। ਤੇ ਪਹਿਲਾਂ ਉਹ ਜਿਹੜਾ ਬੰਦਾ ਸੀ ਉਹ ਕਹਿ ਰਿਹਾ ਸੀ ਕਿ ਮੈਂ ਇਸੇ ਟੋਏ ਦੇ ਵਿੱਚੋਂ ਕੱਢੂੰਗਾ ਜੀ। ਬਿਲਕੁਲ, ਠੀਕ ਹੈ, ਉਹਨੂੰ ਜਵਾਬ ਦੇ ਦਿੱਤਾ ਜੀ। ਜੀ, ਹੋਰ ਤਾਂ ਹੋਰ ਜਿਹੜਾ ਉੱਥੇ ਉਹ ਟੋਆ ਪੱਟ ਰਿਹਾ ਸੀਗਾ, ਜਿਹੜਾ ਗਰਕੀ ਪੱਟਣ ਦਾ ਜਿਹਨੂੰ ਤਜਰਬਾ ਸੀਗਾ, ਉਹਨੇ ਵੀ ਦੱਸਿਆ ਕਿ ਜਦੋਂ ਮੈਂ ਥੱਲੇ ਗਿਆ ਤੇ ਮੈਂ ਉੱਥੇ ਜਿੱਥੋਂ ਤੱਕ ਬੱਚਾ ਸੀ ਉਸ ਲੈਵਲ ਤੱਕ ਮੈਂ ਪਹੁੰਚ ਗਿਆ ਸੀ, ਔਰ ਲੋਹੇ ਦੀ ਪਾਈਪ ਨੂੰ ਉਸ ਨੂੰ ਟੱਚ ਕਰ ਲਿਆ ਸੀ ਜੀ। ਬਿਲਕੁਲ। ਔਰ ਉਸ ਤੋਂ ਬਾਅਦ ਕਹਿੰਦਾ ਨਾਲ ਦੀ ਨਾਲ ਜਦੋਂ ਮੈਨੂੰ ਪਤਾ ਲੱਗਿਆ, ਇੱਕ ਆਭਾਸ ਹੋਇਆ, ਇੱਕ ਮੈਨੂੰ ਇੱਕ ਇੰਟਿਊਸ਼ਨ ਹੋਈ ਜੀ, ਥੋੜੀ ਜਿਹੀ ਆਵਾਜ਼ ਵੀ ਸੁਣੀ ਕਿ ਇੱਥੇ ਬੱਚਾ ਹੈ, ਬੱਚਾ ਇਸੇ ਦਾਇਰੇ 'ਚ ਹੀ ਹੈ, ਇਸੇ ਦਾਇਰੇ 'ਚ ਹੀ ਹੈ। ਉਹ ਨਾਲ ਦੀ ਨਾਲ ਉੱਪਰ ਆ ਗਿਆ, ਉਹਨੇ ਦੱਸਿਆ ਕਿ ਲੋਹੇ ਦਾ ਇੱਕ ਪਾਈਪ ਮੈਂ ਲੱਭ ਲਿਆ ਜੀ। ਪਰ ਉੱਥੇ ਜਿਹੜੀਆਂ ਜਥੇਬੰਦੀਆਂ ਬਾਅਦ ਵਿੱਚ ਜਿਹੜੀ NDRF ਵਗੈਰਾ ਪਹੁੰਚ ਗਈ ਸੀ, ਉਹਨਾਂ ਨੇ ਉਹਨੂੰ ਮਨਾ ਕਰਤਾ ਕਿ ਇਸ ਤੋਂ ਅੱਗੇ ਸਾਡਾ ਕੰਮ ਹੈ, ਤੇਰਾ ਕੰਮ ਖਤਮ ਜੀ। ਬਿਲਕੁਲ। ਤਾਂ ਉਸੇ ਦਿਨ ਤੋਂ ਜਿਹੜਾ ਕਿ 2nd ਡੇ ਉਹਨੇ ਕਰਤਾ ਸੀ ਇਹ ਕੰਮ, ਉਦੋਂ ਅਜਿਹਾ NDRF ਵਾਲੇ ਲੱਗੇ ਉੱਥੇ ਗਿੱਧਾ ਪਾਉਣ, ਸ਼ਰਮ ਦੀ ਗੱਲ ਹੈ, ਸ਼ਰਮ ਦੀ ਗੱਲ ਹੈ ਕਿ ਇੱਦਾਂ ਦੀਆਂ ਵਰਦੀਆਂ ਸਵਾ ਕੇ ਟ੍ਰੇਨਿੰਗ ਕਿੱਦਾਂ ਦਿੱਤੀ ਹੈ, ਇਸ ਤਰ੍ਹਾਂ ਦੀ ਸਵਾਹ ਇਹ ਹੋਰ ਥਾਂ 'ਤੇ ਵੀ ਲਟਾਉਂਦੇ ਹੋਣਗੇ, ਇੰਨਾ ਖਰਚਾ ਇਹਨਾਂ ਦੇ ਉੱਤੇ ਕੀਤਾ ਜਾ ਰਿਹਾ, ਇਹਨਾਂ ਦੀ ਟ੍ਰੇਨਿੰਗ ਦੇ ਉੱਤੇ ਕੀਤਾ ਜਾਂਦਾ ਹੈ। ਉੱਥੇ ਮੈਂ ਕਈ ਇਹ ਵੀ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਤੁਸੀਂ ਗੌਰ ਨਾਲ ਦੇਖੋਗੇ, NDRF ਦੇ ਜਵਾਨ ਉੱਥੇ ਹੱਸ ਵੀ ਰਹੇ ਸੀ ਜੀ। ਬਿਲਕੁਲ, ਮੁਸਕੁਰਾ ਰਹੇ ਸੀ ਜਿਵੇਂ ਪਿਕਨਿਕ 'ਤੇ ਆਏ ਹੁੰਦੇ, ਪਿਕਨਿਕ 'ਤੇ ਆਏ ਸਤ ਬੱਚਨ ਜੀ। ਬਿਲਕੁਲ ਜੀ, ਠੀਕ ਹੈ। ਕਿੱਦਾਂ ਦਾ ਸਿਸਟਮ ਹੈ, ਕਿੱਦਾਂ ਦਾ ਪ੍ਰਸ਼ਾਸਨ ਹੈ ਜੀ, ਜਮਾਂ ਬਿਲਕੁਲ ਹੀ ਸਾਡੇ ਜਿਹੜੇ ਦਿਲ ਜਿਹੜੇ ਨੇ ਉਹ ਸਾਡੇ ਦਿਲ ਪੱਥਰ ਹੋ ਚੁੱਕੇ ਨੇ ਜੀ ਜੀ। NDRF ਨੇ ਆਪਣੀ ਇੱਕ ਵੱਖਰੀ ਕਿਸਮ ਦੀ ਉਹਨੇ ਵਰਦੀ ਵੀ ਪਾਈ ਸੀ ਲੋਕਾਂ ਨੂੰ ਦਿਖਾਉਣ ਵਾਸਤੇ, ਔਰ ਜਦੋਂ ਇਹ ਬੰਦਾ ਥੱਲੇ ਗਿਆ ਜਿਹੜਾ ਗਰਕੀ ਪੱਟਦਾ ਸੀਗਾ, ਜਿਹਦਾ ਨਾਮ ਮੇਰਾ ਖਿਆਲ ਯਾਦ ਨਹੀਂ ਆ ਰਿਹਾ, ਜੱਗਾ ਸਿੰਘ ਜੀ ਥੱਲੇ ਗਏ, ਉਹਨਾਂ ਨੇ ਪਹਿਲੀ ਸ਼ਰਤ ਇਹ ਰੱਖੀ ਕਿ ਭਾਈ ਥੱਲੇ ਜਾਏਗਾ ਸਾਡੀ ਵਰਦੀ ਪਾ ਕੇ ਜਾਣਾ ਪੈਣਾ। ਉਹਨੇ ਗੱਲ ਕਲੀਅਰ ਕੀਤੀ ਕਿ ਮੈਂ ਵਰਦੀ ਪਾ ਕੇ ਕੋਈ ਵੀ ਕੱਪੜਾ ਪਾ ਕੇ ਜਾਵਾਂਗਾ ਤੇ ਮੈਨੂੰ ਕੰਮ ਕਰਨ 'ਚ ਥੱਲੇ ਉਹਨੀ ਆਜ਼ਾਦੀ ਖੁੱਲ੍ਹ ਨਹੀਂ ਹੋਏਗੀ, ਨਹੀਂ ਹੁੰਦੀ, ਲੇਕਿਨ ਉਹ ਜ਼ਬਰਦਸਤੀ ਪਵਾਈ ਗਈ। ਔਰ ਜਿਸ ਦੇ ਆਧਾਰ 'ਤੇ ਉਹਨੇ ਕਿਹਾ ਵੀ ਤੁਸੀਂ ਮੈਨੂੰ ਇੱਕ ਉਹਨੇ ਗੱਲ ਕੀਤੀ ਤੁਸੀਂ ਵਰਦੀ ਪਵਾਈ ਤਾਂ ਮੈਨੂੰ ਜੋਬ ਵੀ ਦੇਣੀ ਪਏਗੀ, ਇਸੇ ਚੀਜ਼ ਨੂੰ ਲੈ ਕੇ ਉਹ ਝਗੜ ਪਏ ਆਪਸ 'ਚ। ਯਾਨੀ ਕਿ NDRF ਟੀਮ ਇੰਨੀ ਜ਼ਿਆਦਾ ਮਤਲਬ ਇਹ ਚਾਹੁੰਦੀ ਹੈ ਕਿ ਅਸੀਂ ਹੀ ਅੱਗੇ ਰਹੀਏ, ਜਿਹਦੇ ਕਰਕੇ ਇੱਕ ਐਕਸਪੈਰੀਮੈਂਟ ਕੀਤਾ ਔਰ ਬੱਚੇ ਨੂੰ ਉਹਨਾਂ ਨੇ ਇੱਕ ਤਰੀਕੇ ਦਾ ਇੱਕ ਪ੍ਰੋਜੈਕਟ ਸਮਝਿਆ, ਨਾ ਕਿ ਉਹਨੂੰ ਇੱਕ ਸਿੰਸੇਰਿਟੀ ਸਮਝੀ ਕਿ ਨਹੀਂ। ਅੱਛਾ, ਇਦੋਂ ਵੀ ਵੱਧ ਬੜੇ ਸ਼ਰਮ ਦੀ ਗੱਲ ਹੈ, ਬੜੇ ਸ਼ਰਮ ਦੀ ਗੱਲ ਹੈ ਕਿ ਉੱਥੋਂ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ, ਬਿਲਕੁਲ ਜੀ, ਉਹ ਵੀ ਬੱਚਾ ਕੱਢਣ ਤੋਂ ਬਾਅਦ ਉਹ ਕਹਿ ਰਹੇ ਜੀ NDRF ਨੇ ਕੱਢਿਆ। ਕ੍ਰੈਡਿਟ, ਕ੍ਰੈਡਿਟ, ਬਿਲਕੁਲ ਵੱਡੀ ਗੱਲ, ਕ੍ਰੈਡਿਟ ਦੀ ਥੀ। ਇੱਕ ਬੱਚਾ ਜਿਹੜਾ ਮਰ ਰਿਹਾ, ਸਹਿਕ ਰਿਹਾ, ਉਹਨੂੰ ਕੱਢਣ ਵਾਸਤੇ ਕ੍ਰੈਡਿਟ ਲੈਣ ਦੀ ਹੋੜ ਦੇ ਵਿੱਚ ਇਸ ਤਰ੍ਹਾਂ ਦੀ ਬਲੰਡਰ ਮਿਸਟੇਕ ਕੀਤੀ ਗਈ ਕਿ ਅਸੀਂ ਕੀਮਤੀ ਜਾਣ ਤੋਂ ਹੱਥ ਧੋ ਬੈਠੇ। ਬਿਲਕੁਲ ਬਿਲਕੁਲ, ਜਿਹੜੀ ਬਲੰਡਰ ਮਿਸਟੇਕ ਹੈ ਇਹ ਰਾਜਨੀਤਿਕ ਪੱਖ ਵੀ ਹੋਈ ਹੈ। ਪਹਿਲੀ ਗੱਲ ਤਾਂ ਉੱਥੇ ਕੋਈ ਵੀ ਮੰਤਰੀ ਸਿੰਸੇਰਿਟੀ ਨਾਲ ਨਹੀਂ ਗਿਆ। ਦੇਖੋ ਮੇਰੀ ਗੱਲ, ਦੂਸਰੀ ਗੱਲ ਇਹ ਕਿ ਉਹ ਜਿਹੜਾ ਸਾਡੇ ਜਿਹੜੀ ਮੈਡਮ ਜਿਹੜੇ ਹੈਗੇ ਨੇ ਆਪਣਾ ਬਾਦਲ, ਜਿਹੜੇ ਹਰਸਿਮਰਤ ਬਾਦਲ ਜਿਨ੍ਹਾਂ ਨੇ ਨੰਦੀ ਛਾਂ ਦੀ ਵੀ ਗੱਲ ਕਰਦੇ ਨੇ, ਉਹਨਾਂ ਨੇ ਇੱਕ ਵਾਰੀ ਵੀ ਉਸ ਬੱਚੇ ਵੱਲ ਧਿਆਨ ਨਹੀਂ ਦਿੱਤਾ। ਦੇਖੋ ਮੈਂ ਇੱਕ ਹੋਰ ਇੱਥੇ ਗੱਲ ਕਹਿਣੀ ਚਾਹਾਂਗਾ ਕਿ ਸੁਖਬੀਰ ਸਿੰਘ ਬਾਦਲ ਦਾ ਵੀ ਅਸੀਂ ਬਿਆਨ ਸੁਣਿਆ ਜੀ, ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਹੋਈ ਹੈ, ਔਰ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਲਈ ਕਿਹਾ ਜਾ ਰਿਹਾ, ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਟਿਆ ਹੋਵੇ ਬੱਚਾ ਟੋਏ ਦੇ ਵਿੱਚ ਜੀ। ਜੀ ਜੀ, ਕੈਪਟਨ ਅਮਰਿੰਦਰ ਸਿੰਘ ਦਾ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ? ਮੰਨਦੇ ਹਾਂ ਕਿ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਇਸ ਤਰ੍ਹਾਂ ਦਾ ਸਾਜੋ ਸਮਾਨ, ਇਸ ਤਰ੍ਹਾਂ ਦੇ ਜਿਹੜੇ ਇਕੁਪਮੈਂਟਸ ਨੇ ਉਹ ਰੱਖੇ ਜਾਣ ਜੀ, ਤਾਂ ਕਿ ਮੌਕਾ ਪੈਣ ਦੇ ਉੱਤੇ ਉਹ ਇਸਤੇਮਾਲ ਕੀਤੇ ਜਾਣ ਜੇ ਕਿਤੇ ਕੋਈ ਅਣਹੋਣੀ ਹੁੰਦੀ ਹੈ ਜਿਵੇਂ ਕੱਲ੍ਹ ਹੋਈ। ਇੱਥੋਂ ਤੱਕ ਸਟੇਟ ਨੂੰ ਅਸੀਂ ਸੁਰਖਰੂ ਨਹੀਂ ਕਰਦੇ, ਉਹਦਾ ਦੋਸ਼ ਹੈ, ਪਰ
ਉਹ ਬੱਚੇ ਨੂੰ ਟੋਏ ਦੇ ਵਿੱਚ ਸੁੱਟਣ ਵਾਲੇ ਕੌਣ ਨੇ? ਸਭ ਤੋਂ ਵੱਡਾ ਸਵਾਲ ਇਹੀ ਹੈ ਜੀ, ਉਹ ਬੱਚੇ ਨੂੰ ਟੋਏ ਵਿੱਚ ਸੁੱਟਣ ਵਾਲੇ ਉਸ ਦੇ ਪਹਿਲਾਂ ਮਾਂ-ਬਾਪ ਨੇ, ਬਿਲਕੁਲ ਉਸ ਦੇ ਘਰ ਦੇ ਨੇ ਜਿਨ੍ਹਾਂ ਨੂੰ ਪਤਾ ਸੀ ਚੰਗੀ ਤਰ੍ਹਾਂ ਕਿ ਇੱਥੇ ਇੱਕ ਟੋਆ 7 ਸਾਲ ਤੋਂ ਇੱਕ ਬੋਰਵੈਲ ਖੁੱਲਿਆ ਹੋਇਆ, ਮੌਤ ਦਾ ਮੂੰਹ ਖੁੱਲਿਆ ਹੋਇਆ 7 ਸਾਲਾਂ ਤੋਂ, ਔਰ ਜਿਹੜਾ ਔਰ ਉਹਨਾਂ ਨੂੰ ਇਹ ਪਤਾ ਸੀ ਕਿ ਇੱਕ ਬੱਚਾ ਜਿਹੜਾ ਰੋਟੀ ਖਾਣ ਲਈ, ਕੱਪੜੇ ਬਦਲਣ ਲਈ, ਠੀਕ ਹੈ, ਨਹਾਉਣ ਲਈ, ਧੋਣ ਲਈ, ਇੱਥੋਂ ਤੱਕ ਕਿ ਟੋਇਲਟ ਵਾਲੇ ਹੱਥ ਤੱਕ ਜਿਹੜੇ ਧੋਣ ਦੇ ਲਈ ਜਿਹੜਾ ਉਹਨਾਂ ਦੇ ਉੱਤੇ ਨਿਰਭਰ ਕਰ ਰਿਹਾ ਹਾਂ, ਤੇ ਉਹ ਇੱਕ ਕਾਰ ਨੂੰ ਜਦੋਂ ਟਪਾਉਣ ਵਾਸਤੇ ਇੱਟਾਂ ਚੁੱਕ ਕੇ ਇੱਕ ਮੌਤ ਦਾ ਮੂੰਹ ਦਾ ਟੋਆ ਖੋਲ ਲੈਂਦੇ ਨੇ, ਤੇ ਉਸ ਤੋਂ ਬਾਅਦ ਬੱਚੇ ਵੱਲ ਕੋਈ ਧਿਆਨ ਨਹੀਂ, ਬੱਚੇ ਨੂੰ ਲਾਵਾਰ ਸਾਲ ਦੇ ਵਿੱਚ ਛੱਡ ਕੇ ਦਾਦੀ ਉਹਦੀ ਚਲੀ ਜਾਂਦੀ ਬਰਫ਼ ਲੈਣ, ਤੇ ਬਾਅਦ ਵਿੱਚ ਕਹਿੰਦੇ ਨੇ ਸਾਡਾ ਬੱਚਾ ਜਿਹੜਾ ਸੀ ਮਾਰਤਾ ਗੌਰਮੈਂਟ ਨੇ। ਇਹੀ ਅੱਜ ਮੈਂ ਦੇਖ ਰਿਹਾ ਸੀ, ਜ਼ਿੰਮੇਵਾਰ ਸਭ ਤੋਂ ਪਹਿਲਾਂ ਕੌਣ ਹੈ ਜੀ? ਬਿਲਕੁਲ, ਜੇ ਮੈਂ ਇੱਕ ਤੁਹਾਨੂੰ ਇੱਕ ਗੱਲ ਹੋਰ ਸਾਫ਼ ਕਰ ਦੇਣਾ ਚਾਹੁੰਦਾ ਪਿਆਰੇ ਦਰਸ਼ਕੋ, ਇਸ ਤਰ੍ਹਾਂ ਦੀ ਜੇ ਘਟਨਾ ਅਮਰੀਕਾ ਵਰਗੇ ਸ਼ਹਿਰ ਵਿੱਚ ਹੋਈ ਹੁੰਦੀ ਤਾਂ ਸਭ ਤੋਂ ਪਹਿਲਾਂ ਨੈਗਲੀਜੈਂਸੀ ਵਰਤਣ ਦੇ ਦੋਸ਼ ਦੇ ਵਿੱਚ ਉਹ ਬੱਚੇ ਦੇ ਮਾਂ ਬਾਪ ਨੂੰ ਅੰਦਰ ਦੇ ਦਿੱਤਾ ਗਿਆ ਹੁੰਦਾ, ਉਹਦੀ ਬੱਚੇ ਦੀ ਸਭ ਤੋਂ ਪਹਿਲਾਂ ਮੌਤ ਦਾ ਹੁਣ ਰੋ ਰਹੇ ਨੇ, ਟਸੂਏ ਬਹਾ ਰਹੇ ਨੇ, ਕਰਤੂਤ ਕਿਹਦੀ ਹੈ? ਕਰਤੂਤ ਉਹਦੇ ਮਾਂ ਬਾਪ ਦੀ, ਧਿਆਨ ਕਿਹਨੇ ਨਹੀਂ ਦਿੱਤਾ? ਉਹਨਾਂ ਨੇ ਨਹੀਂ ਦਿੱਤਾ, ਬੜੇ ਅਫਸੋਸ ਦੀ ਗੱਲ ਹੈ ਇਸ ਘਟਨਾ ਦੇ ਨਾਲ। ਬਾਕੀ ਉਹਨਾਂ ਮਾਂ ਬਾਪ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਜਿਹੜੇ ਆਪਣੇ ਬੱਚੇ ਨੂੰ, ਛੋਟੇ ਮੋਟੇ ਬੱਚੇ ਨੂੰ ਆਪਣੀ ਨਜ਼ਰ ਤੋਂ ਅੱਖੋਂ ਪਰੋਖੇ ਕਰ ਦਿੱਤੇ ਨੇ ਜੀ, ਬਿਲਕੁਲ। ਔਰ ਇਸ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿਆਂ, ਇਹ ਤਾਂ ਇੱਕ ਕੈਜੂਅਲਟੀ ਹੋਈ ਹੈ, ਕਈ ਘਟਨਾਵਾਂ ਆਈਆਂ ਜੀ ਹੋਈਆਂ ਨੇ, ਛੋਟੇ ਛੋਟੇ ਬੱਚੇ ਨੂੰ ਅਣਗੌਲਿਆਂ ਛੱਡ ਦਿੰਦੇ ਨੇ, ਉਹ ਤਾਂ ਕੇਅਰ ਨਹੀਂ ਕੀਤੀ ਜਾਂਦੀ, ਨਤੀਜੇ ਵਜੋਂ ਇੱਕ ਪਿੱਛੇ ਜੇ ਇੱਕ ਬੱਚਾ ਇਸ ਤਰ੍ਹਾਂ ਰੁੜਦਾ ਮੇਨ ਹੋਲ ਵਿੱਚ ਜਾ ਕੇ ਡਿੱਗੇ, ਉਹਦੀ ਕੈਜੂਅਲਟੀ ਹੋ ਗਈ ਛੋਟੇ ਬੱਚੇ ਦੀ ਘਰੋਂ ਬਾਹਰ ਨਿਕਲ ਕੇ। ਔਰ ਇਸੇ ਤਰ੍ਹਾਂ ਅਗਵਾ ਦੀਆਂ ਘਟਨਾਵਾਂ ਹੁੰਦੀਆਂ ਨੇ, ਬੱਚੇ ਬਾਹਰ ਲਾਵਾਰਸ ਨਹੀਂ, ਕਿਡਨੈਪਿੰਗ ਹੋ ਜਾਂਦੀ ਹੈ। ਸੋ ਮਾਪਿਆਂ ਨੂੰ ਵੀ ਚਾਹੀਦਾ ਕਿ ਘੱਟੋ ਘੱਟ ਜਿਹੜੇ ਆਪਣੇ ਬੱਚੇ ਨੇ, ਤੁਹਾਡੇ ਜ਼ਿਗਰ ਦੇ ਟੁਕੜੇ ਨੇ, ਤੁਹਾਡੀਆਂ ਔਲਾਦਾਂ ਨੇ, ਉਹਨਾਂ ਨੂੰ ਘੱਟੋ ਘੱਟ ਤੁਸੀਂ ਆਪਣੇ ਹਿੱਕ ਨਾਲ ਲਾ ਕੇ ਨਹੀਂ ਰੱਖ ਸਕਦੇ 24 ਘੰਟੇ, ਮੰਨਦੇ ਹਾਂ, ਘੱਟੋ ਘੱਟ ਅਜਿਹੇ ਅਬੋਧ ਬੱਚੇ, ਅਜਿਹੇ ਮਾਸੂਮ ਬੱਚਿਆਂ ਦੇ ਉੱਤੇ ਤੁਸੀਂ ਨਜ਼ਰ ਰੱਖੇ, ਉਹਨਾਂ ਦੀ ਕੇਅਰ ਤਾਂ ਕਰ ਸਕਦੇ। ਬਿਲਕੁਲ ਬਿਲਕੁਲ, ਆਪਣੇ ਘਰ ਦੇ ਵਿੱਚ ਕੀ ਮਾਹੌਲ ਹੈ, ਛੋਟਾ ਬੱਚਾ ਰਹਿ ਰਿਹਾ, ਉਹਨੂੰ ਕਿਸ ਚੀਜ਼ ਦਾ ਖਤਰਾ ਹੈ, ਕੋਈ ਤਾਰ ਨੰਗੀ ਹੈ, ਕੋਈ ਇਲੈਕਟ੍ਰਿਸਿਟੀ ਦੀ, ਕੋਈ ਟੋਆ ਵੱਡਾ ਪੱਟਿਆ ਹੋਇਆ ਹੈ, ਜਾਂ ਕੋਈ ਐਸੀ ਚੀਜ਼ ਹੈ ਜਿਹਨਾਂ ਨਾਲ ਬੱਚਾ ਟਕਰਾ ਸਕਦਾ, ਹੋ ਸਕਦਾ, ਚੀਜ਼ਾਂ ਸਾਰੀਆਂ ਮਾਪਿਆਂ ਨੂੰ ਖੁਦ ਚਾਹੀਦੀਆਂ ਨੇ ਜੀ। ਇਹਦੇ 'ਚ ਮੈਂ ਸਰ ਇਹ ਵੀ ਦੱਸਣਾ ਚਾਹੂੰਗਾ ਕਿ ਤੁਹਾਨੂੰ ਆਪਣੇ ਇੰਡੀਆ ਦੇ ਵਿੱਚ ਵੀ ਕੋਈ ਐਸੀ ਪ੍ਰੀਕੋਸ਼ਨਰੀ, ਕੋਈ ਮਸ਼ੀਨਰੀ ਕੁਛ ਐਸੀ ਨਹੀਂ ਹੈ ਹੁਣ ਸਰਕਾਰੀ ਤੌਰ ਦੇ ਉੱਤੇ, ਕਿਉਂਕਿ ਅਸੀਂ ਦੇਖਦੇ ਹਾਂ ਕਿ ਇੱਕ ਜਿਹੜੇ ਕੁਝ ਦਿਨ ਪਹਿਲਾਂ ਇੱਕ ਟਿਊਸ਼ਨ ਸੈਂਟਰ 'ਤੇ ਵੀ ਇੰਝ ਕੁਛ ਹੋਇਆ ਸੀਗਾ, ਅਤੇ ਐਡੀ ਵੱਡੀ ਮੂਰਤੀ ਬਣਾਉਣ ਵਾਸਤੇ ਤਾਂ ਕਰੋੜ ਰੁਪਇਆ ਆ ਗਿਆ ਸੀਗਾ, ਲੇਕਿਨ ਉਸ ਜਗ੍ਹਾ ਨੂੰ ਇਕੁਏਟ ਕਰਨ ਵਾਸਤੇ, ਔਰ ਕਮਾਲ ਦੀ ਗੱਲ ਹੈ ਜਿੱਥੇ ਮੂਰਤੀ ਲੱਗੀ ਹੈ ਉਸ ਏਰੀਏ ਦੀ ਗੱਲ ਹੈ, ਇਹ ਤਕਰੀਬਨ ਹਰ ਜਗ੍ਹਾ ਆਉਂਦੀ, ਲੇਕਿਨ ਪ੍ਰੀਕੋਸ਼ਨਰੀ ਮਈਅਰ ਨਹੀਂ ਲਏ ਜਾਂਦੇ, ਬਾਅਦ 'ਚ ਰੌਲਾ ਪਾਏ, ਜਿਵੇਂ ਹੁਣ ਬੱਚੇ ਰੌਲਾ ਪਾ ਰਹੇ ਨੇ, ਹਾਏ ਸਾਡਾ ਬੱਚਾ ਮਾਰਤਾ, ਇਹਦੇ ਦਾਦਾ ਜੀ ਰੌਲਾ ਪਾ ਰਹੇ ਨੇ ਬੱਚਾ ਮਾਰਤਾ, ਇਹਦਾ ਜ਼ਿੰਮੇਵਾਰ ਕੌਣ ਹੈ? ਮੈਨੂੰ ਸਮਝ ਨਹੀਂ ਆਉਂਦੀ ਇਸ ਚੀਜ਼ ਦੀ, ਬੱਚਾ ਡਿੱਗਣ ਲਈ ਸਭ ਤੋਂ ਪਹਿਲਾਂ ਜ਼ਿੰਮੇਵਾਰ ਕੌਣ ਹੈ ਜੀ? ਉਹ ਬੱਚੇ ਦੇ ਜਿਹੜੇ ਸਟੈਪ ਪੱਟੇ ਗਏ, ਛੋਟੇ ਛੋਟੇ ਨੰਨੇ ਨੰਨੇ ਕਦਮ ਜਿਹੜੇ ਮੌਤ ਦੇ ਖੂਹ ਵੱਲ ਗਏ, ਬਿਲਕੁਲ, ਉਹਨਾਂ ਤੋਂ ਬਚਾਉਣ ਲਈ ਉੱਥੇ ਕੌਣ ਹੋਣਾ ਚਾਹੀਦਾ ਸੀ? ਬਿਲਕੁਲ, ਜ਼ਿੰਮੇਵਾਰੀ ਕਿਹਦੀ ਹੈ ਜੀ? ਜੀ ਜੀ, ਤੇ ਹੁਣ ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਕ ਗਈ ਖੇਤ। ਬਿਲਕੁਲ ਜੀ, ਬਿਲਕੁਲ, ਸਰਕਾਰ ਦੀ ਜ਼ਿੰਮੇਵਾਰੀ ਮੰਨਦੇ ਹਾਂ ਅਸੀਂ, ਸਰਕਾਰ ਦੀ ਜ਼ਿੰਮੇਵਾਰੀ ਇਹ ਹੈ ਕਿ ਪੂਰੇ ਤਜਰਬੇ ਕੀਤੇ ਗਏ, ਮੂਰਖਤਾ ਤੋਂ ਕੰਮ ਲਿਆ ਗਿਆ, ਜਿਹੜਾ ਕੰਮ ਉਹਨਾਂ ਨੇ ਲਾਸਟ ਵਿੱਚ ਕੀਤਾ ਉਹ ਪਹਿਲਾਂ ਕਰ ਲੈਂਦੇ ਤਾਂ ਬੱਚੇ ਦੇ ਮਾੜੀਆਂ ਮੋਟੀਆਂ ਠੀਕ ਹੈ, ਸੱਟਾਂ ਜ਼ਰੂਰ ਲੱਗਦੀਆਂ, ਰਗੜਾਂ ਲੱਗਦੀਆਂ, ਪਰ ਜਿਹੜਾ ਉਸ ਦਮ ਘੁੱਟਣ ਕਾਰਨ, ਜਿਹੜਾ ਉਹ ਆਕਸੀਜਨ ਦੀ ਕਮੀ ਕਾਰਨ, ਜਿਹੜਾ ਰੋਜੀ ਰੋਟੀ ਨਾ ਖਾਣ ਕਾਰਨ, ਭੁੱਖੇ ਰਹਿਣ ਕਾਰਨ, ਜਦੋਂ ਉਹਦਾ ਜਿਹੜਾ ਸੀ ਡਿਫੈਂਸਿਵ ਮੈਕਨਿਜ਼ਮ ਅਤੇ ਜਿਹੜਾ ਉਹਦਾ ਇਮਿਊਨਿਟੀ ਸਿਸਟਮ ਸੀ ਉਹ ਜਵਾਬ ਦੇ ਗਿਆ, ਹੌਲੀ ਹੌਲੀ ਉਹਦਾ ਰੈਸਪੀਰੇਸ਼ਨ ਸਿਸਟਮ ਸੀ ਜਿਹੜਾ ਉਹਦੀ ਸਾਹ ਬੰਦ ਹੋ ਗਿਆ, ਉਹਦੇ ਨਾਲ ਜਿਹੜਾ ਮਰ ਗਿਆ ਉਹ ਬੱਚਾ, ਉਹ ਘੱਟੋ ਘੱਟ ਉਹ ਪਹਿਲੇ ਦਿਨ ਦੂਜੇ ਦਿਨ ਜੇ ਕੱਢ ਲੈਂਦੇ ਤਾਂ ਉਹ ਦੇ ਸੱਟਾਂ ਜੇ ਲੱਗ ਜਾਂਦੀਆਂ ਉਹ ਘੱਟੋ ਘੱਟ ਉਹ ਆਪਣੀ ਜਾਨ ਤੋਂ ਹੱਥ ਤਾਣਾ ਤੋਂ। ਬਿਲਕੁਲ ਬਿਲਕੁਲ, ਮੈਂ ਦੱਸਣਾ ਚਾਹੂੰਗਾ ਤੁਹਾਨੂੰ, ਅਸੀਂ ਵੀ ਪਿੰਡ ਨੂੰ ਬਿਲੋਂਗ ਕਰਦੇ ਹਾਂ, ਅਤੇ ਹੁਣ ਤਾਂ ਖੈਰ ਜਿਹੜੇ ਸਮਰਸੀਬਲ ਪੰਪ ਆ ਗਏ ਨੇ, ਪਹਿਲਾਂ ਸਮਰਸੀਬਲ ਪੰਪ ਨਹੀਂ ਸੀਗੇ, ਪਹਿਲਾਂ ਵੱਡੇ ਵੱਡੇ ਖੂਹ ਹੁੰਦੇ ਸੀਗੇ, 80-90 ਫੁੱਟ ਦੇ, ਔਰ ਉਹਦੇ ਵਿੱਚ ਬੋਰ ਹੁੰਦਾ ਸੀ, ਔਰ ਥੱਲੇ ਮੋਟਰ ਪਈ ਹੁੰਦੀ ਸੀ, ਮੈਂ ਦੇਖਿਆ ਕਈ ਵਾਰੀ ਮੋਟਰ ਖਰਾਬ ਹੋ ਜਾਣੀ ਜਾਂ ਪਾਣੀ ਨੇ ਪ੍ਰੈਸ਼ਰ ਜਿਹੜਾ ਸੀ ਉਹ ਨਹੀਂ ਬਣਦਾ ਸੀਗਾ, ਥੱਲੇ ਜਾ ਕੇ ਹਵਾ ਕੱਢ ਸਨ ਉਹਦੀ। ਇਸ ਦੌਰਾਨ ਵੀ ਮਤਲਬ ਇਸ ਛੋਟੇ ਜਿਹੇ ਵਕਫੇ ਦੌਰਾਨ ਵੀ ਥੱਲੇ ਜਾਂਦੇ ਸਨ, ਉੱਪਰ ਆਉਣਾ ਸਨ, ਉਹਦੇ ਵਿੱਚ ਵੀ ਕਈ ਵਾਰੀ ਵਿੱਚ ਬੰਦੇ ਡਿੱਗ ਕੇ ਮਰੇ ਨੇ। ਭਾਵ ਕਹਿਣ ਦਾ ਕਿ ਅੰਦਰ ਜੋ ਆਪਣਾ ਜੋ ਧਰਤੀ ਦਾ ਗਰਭ ਹੈ, ਇਹਦੇ ਵਿੱਚ ਕੁਛ ਸਰਟਨ ਦੂਰੀ 'ਤੇ ਜਾ ਕੇ ਗੈਸ ਪੈਦਾ ਹੋ ਜਾਂਦੀ ਹੈ, ਜਿਹਦੇ ਕਰਕੇ ਇਹ ਚੀਜ਼ ਹੁੰਦੀ ਹੈ ਇਸ ਕਰਕੇ ਇਹ ਜੋ ਹੋਇਆ ਸੀ ਇਹਨੂੰ ਐਕਸਪੈਰੀਮੈਂਟਲ ਨਾ ਹੋਣ ਕਰਕੇ ਇਹਨੂੰ ਰੀਅਲ ਦੇ ਵਿੱਚ ਸੇਮ ਡੇ ਜੋ ਲਾਸਟ ਡੇ ਕੀਤਾ ਹੈ ਇਹਨੂੰ ਸਰਕਾਰ ਪੂਰੀ ਜ਼ਿੰਮੇਦਾਰੀ ਨਾਲ ਪੂਰੇ ਤਰੀਕੇ ਨਾਲ ਪੱਟਦੀ ਹੈ। ਮੇਰੇ ਹਿਸਾਬ ਨਾਲ ਅਗਰ ਚਾਈਨਾ ਦੇ ਵਿੱਚ ਸਿਰਫ 2 ਘੰਟੇ 'ਚ ਬੱਚਾ ਬਾਹਰ ਆ ਸਕਦਾ, ਚਲੋ ਸਾਡੇ 1 ਦਿਨ 'ਚ ਬਾਹਰ ਆ ਜਾਂਦਾ, ਲੇਕਿਨ ਇਹ 'ਚ ਪੋਸੀਬਲ ਸੀ, ਇਹਦੇ ਵਿੱਚ ਜ਼ਿੰਮੇਦਾਰੀ ਜਿੰਨਾ ਮਾਂ ਪਿਓ ਦੀ ਆ ਉਹਦੇ ਨਾਲੋਂ ਡਬਲ ਜ਼ਿੰਮੇਦਾਰ ਜਿਹੜੇ ਉੱਥੋਂ ਦਾ ਪ੍ਰਸ਼ਾਸਨ ਹੈ। ਮੇਰੇ ਹਿਸਾਬ ਨਾਲ ਤਾਂ ਜਿਸ ਜਿਸ ਅਫਸਰ ਨੂੰ ਡਿਊਟੀ ਲੱਗੀ ਉੱਥੇ, ਜਿਸ ਜਿਸ ਅਫਸਰ ਜ਼ਿੰਮੇਦਾਰੀ ਬਣਦੀ ਸੀ, ਇਨਕਲੂਡਿੰਗ ਉੱਥੋਂ ਦੇ MP,
ਖਮਿਆਜਾ ਭੁਗਤਣਾ ਚਾਹੀਦਾ, ਇਹਨੂੰ ਪ੍ਰੋਪਰ ਉਹਦਾ ਉਹਨੂੰ ਕਲੇਮ ਲਾਉਣਾ ਚਾਹੀਦਾ। ਦੇਖੋ ਤੁਹਾਡੀ ਗੱਲ ਬਿਲਕੁਲ ਠੀਕ ਹੈ, ਉੱਥੇ ਕਮਾਂਡਰ ਕੌਣ ਸੀ ਸਾਰੀ ਮੁਹਿੰਮ ਦਾ? ਕਮਾਂਡਰ ਸੀ ਡਿਪਟੀ ਕਮਿਸ਼ਨਰ, ਡਿਪਟੀ ਕਮਿਸ਼ਨਰ, ਐਂਡ ਡਿਪਟੀ ਕਮਿਸ਼ਨਰ ਵਾਸ ਡਬਲ ਮਾਈਂਡਡ, ਡਬਲ ਜੀ ਬਿਲਕੁਲ, ਡਬਲ ਕੀ ਟ੍ਰਿਪਲ ਮਾਈਂਡਡ, ਉਹਨੂੰ ਇਹ ਨਹੀਂ ਪਤਾ ਹੈਗਾ ਕਿ ਡਿਪਟੀ ਕਮਿਸ਼ਨਰ ਜਿਹੜਾ ਇੱਕ ਫੈਸਲਾ ਨਹੀਂ ਲੈ ਸਕਦਾ ਕਿ ਕੀ ਤੋਂ ਕੀ ਕੰਮ ਕਰਵਾਉਣਾ ਹੈ, ਤੇ ਫਿਰ ਕੀ ਅਜਿਹੇ ਡਿਪਟੀ ਕਮਿਸ਼ਨਰ ਨੂੰ ਉੱਥੋਂ ਦਾ ਡੀਸੀ ਬਣਨਾ ਰਹਿਣਾ ਚਾਹੀਦਾ, ਉਹਨੂੰ ਕੀ ਟ੍ਰੇਨਿੰਗ ਦਿੱਤੀ ਗਈ ਇਸ ਮਾਮਲੇ 'ਚ? ਬਿਲਕੁਲ, ਉਹਨੂੰ ਕੀ ਟ੍ਰੇਨਿੰਗ ਦਿੱਤੀ ਗਈ ਡਿਜ਼ਾਸਟਰ ਦੇ ਨਾਲ, ਇਸ ਤਰ੍ਹਾਂ ਦੇ ਨਾਲ ਜੂਝਣ ਦੇ ਲਈ? ਜੇ ਤੁਸੀਂ ਆਪਣਾ ਮਾਈਂਡ ਮੇਕਅਪ ਨਹੀਂ ਕਰ ਸਕਦੇ, ਤੁਸੀਂ ਫੌਰੀ ਤੌਰ ਦੇ ਉੱਤੇ ਡਿਸੀਜਨ ਨਹੀਂ ਲੈ ਸਕਦੇ, ਤੁਸੀਂ ਘਟਨਾਵਾਂ ਦਾ ਆਕਲਨ ਨਹੀਂ ਕਰ ਸਕਦੇ, ਜ਼ਿੰਮੇਵਾਰੀ ਬੰਦ ਹੀ ਨਹੀਂ ਹੋ ਜਾ ਕੇ ਉੱਥੇ ਉਸੇ ਪੋਸਟ 'ਤੇ ਰਹਿ ਸਕੇ। ਬਿਲਕੁਲ ਬਿਲਕੁਲ ਬਿਲਕੁਲ, ਉਹਦੇ ਖਾਸ ਡਿਸਿਪਲਿਨਰੀ ਐਕਸ਼ਨ ਲੈਣੇ ਚਾਹੀਦੇ ਨੇ। ਬਿਲਕੁਲ, ਤੇ ਬਾਕੀ ਮੈਂ ਇੱਕ ਚੈਨਲ ਦੇਖ ਰਿਹਾ ਸੀਗਾ ਜਿਹੜਾ ਕਿ ਪਿਛਲੀ ਸਰਕਾਰ ਦਾ ਬਹੁਤ ਸਮਰਥਕ ਹੈ ਜੀ, ਖਾਸ ਤੌਰ ਤੇ ਅਕਾਲੀ ਦਲ ਦਾ ਜੀ, ਉਹ ਚੈਨਲ ਦੇ ਉੱਤੇ ਕਈ ਬੰਦੇ ਬੈਠੇ ਸੀ, ਉਹ ਸਾਰੇ ਜਣੇ ਇਹੀ ਗਿੱਧਾ ਪਾ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਸ਼ਿਮਲੇ ਵਗ ਜਾਂਦਾ, ਇਹ ਵਗ ਜਾਂਦਾ, ਕੈਪਟਨ ਅਮਰਿੰਦਰ ਸਿੰਘ ਦਾ ਡਿਊਟੀ ਸੀ, ਕੈਪਟਨ ਅਮਰਿੰਦਰ ਸਿੰਘ ਇੱਥੇ। ਮੇਰਾ ਕਹਿਣ ਦਾ, ਮੇਰਾ ਇੱਕ ਸਵਾਲ ਉਹਨਾਂ ਨੂੰ ਵੀ ਹੈ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਪੰਜਾਬ ਦੇ ਵਿੱਚ, ਉਦੋਂ ਉਹਨਾਂ ਨੇ ਕਿੰਨੀਆਂ ਮਸ਼ੀਨਾਂ ਇਸ ਤਰ੍ਹਾਂ ਦੀਆਂ ਮੰਗਵਾ ਲਈਆਂ ਜੀ? ਉਹਨਾਂ ਨੇ ਕਿਸ ਕਿੱਦਾਂ ਦੇ ਇੱਦਾਂ ਦੇ ਇਕੁਪਮੈਂਟਸ ਜਿਹੜੇ ਪੰਜਾਬ ਦੇ ਵਿੱਚ ਮੰਗਵਾ ਲਏ ਜਿਹਦੇ ਨਾਲ ਕਿ ਇਸ ਤਰ੍ਹਾਂ ਦੇ ਬਚਾਅ ਹੁੰਦਾ? ਯਾਨੀ ਕਿ ਸਿਆਸੀ ਗੇਮਾਂ ਜ਼ਿਆਦਾ ਖੇਡੀਆਂ ਜਾ ਰਹੀਆਂ ਨੇ, ਔਰ ਇੱਕ ਬੱਚੇ ਦੀ, ਮਾਸੂਮ ਬੱਚੇ ਦੀ ਮੌਤ ਨੂੰ ਵੀ ਸਿਆਸਤ ਦਾ ਅਖਾੜਾ ਬਣਾ ਲਿਆ ਗਿਆ। ਬਿਲਕੁਲ ਬਿਲਕੁਲ, ਇਹ ਸਭ ਤੋਂ ਮੰਦਭਾਗੀ ਘਟਨਾ ਹੈ। ਯਾਨੀ ਕਿ ਅਸੀਂ ਰਲ ਮਿਲ ਕੇ, ਅਸੀਂ ਸਲਾਹ ਕਰਕੇ, ਇੱਕ ਮਤ ਹੋ ਕੇ ਮੌਤ ਵਰਗੀਆਂ ਦੁਖਦਾਈ ਘਟਨਾ ਦੇ ਉੱਤੇ ਅਸੀਂ ਸਬਕ ਲੈਣ ਦੇ ਲਈ ਕੋਈ ਸਲਾਹ ਮਸ਼ਵਰੇ ਨਹੀਂ ਕਰਨੇ। ਅਸੀਂ ਇੱਕ ਦੂਜੇ ਵਿਰੁੱਧ ਸਿਆਸੀ ਤੋਪਾਂ ਜਿਹੜੀਆਂ ਨੇ ਉਹ ਸਿੰਨ ਲੈਣੀਆਂ ਨੇ, ਉਸ ਤੋਂ ਬਾਅਦ ਜਿਹੜੀ ਜੋ ਮੂੰਹ 'ਚ ਆਇਆ ਉਹ ਬੋਲੀ ਜਾਣਾ। ਬਿਲਕੁਲ ਜੀ ਬਿਲਕੁਲ, ਇਹ ਸਿਰਫ ਸਮਾਂ ਟਪਾਉਂਦੇ ਨੇ। ਅਕਾਲੀ ਸਰਕਾਰ ਨੇ ਵੀ ਆਪਣੇ ਸਮੇਂ ਦੇ ਉੱਤੇ ਇਹਨਾਂ ਦੀ ਬਹੁਤ ਬਹੁਤ ਅਣਗਹਿਲੀਆਂ ਹੋਈਆਂ ਨੇ, ਲੇਕਿਨ ਇਹਨਾਂ ਨੇ ਵੀ ਉਹਦਾ ਕੋਈ ਸਬਕ ਨਹੀਂ ਲਿਆ, ਨਾ ਹੀ ਉਹਨੂੰ ਨਾ ਹੋਏ ਅਗਲੀ ਵਾਰੀ ਇਸ ਤੋਂ ਕੋਈ ਕਾਨੂੰਨ ਬਣਾਇਆ ਗਿਆ ਜਾਂ ਕੋਈ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਜੀ ਕਿੰਨੇ ਕਿਸਾਨਾਂ ਨੇ ਫਾਂਸੀ ਲਈ, ਬਿਲਕੁਲ, ਕਿੰਨੇ ਕਿਸਾਨ ਵਿਚਾਰੇ ਫਾਹੇ ਲੱਗ ਗਏ, ਸੁਸਾਈਡ ਕਰ ਗਏ, ਤਾਂ ਉਹਦਾ ਜ਼ਿੰਮੇਵਾਰ ਕੌਣ ਹੈ? ਫਿਰ ਸਵਾਲ ਇਹ ਪੈਦਾ ਹੁੰਦਾ ਕਿਹੜਾ ਬੰਦਾ ਠੀਕ ਹੈ ਉਹਦੀ ਰਿਸਪੋਂਸੀਬਿਲਟੀ ਲਊਗਾ, ਕਿਹਨੇ ਉਦੋਂ ਅਸਤੀਫਾ ਦਿੱਤਾ ਉਹਨਾਂ ਦੀ ਮੌਤ ਦੇ ਉੱਤੇ? ਠੀਕ ਹੈ, ਕਾਰਨ ਹੀ ਲੱਭਣੇ ਸੀ ਕਿ ਜੇ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਕਿਉਂ ਕਰ ਰਹੇ ਨੇ? ਉਸਦਾ ਉਸ ਵੇਲੇ ਵੀ ਕਾਂਗਰਸ ਵਾਲਿਆਂ ਨੇ ਸਿਆਸਤ ਮਾੜੀ ਮੋਟੀ ਖੇਡੀ ਹੋਣੀ ਹੈ, ਠੀਕ ਹੈ, ਉਸੇ ਤਰ੍ਹਾਂ ਹੁਣ ਅਕਾਲੀ ਖੇਡ ਰਹੇ ਨੇ, ਬਿਲਕੁਲ ਜੋ ਖੇਡਦੇ ਨੇ, ਪਰ ਜਿਹੜੇ ਅਸਲੀ ਕਾਰਨ ਨੇ ਉਹਨਾਂ ਵੱਲ ਕੀ, ਸਾਨੂੰ ਚਾਹੀਦਾ ਕੀ ਹੈ? ਜੀ ਜੀ, ਅਸੀਂ ਟੈਕਸ ਪੇਅਰ ਹੈ ਸਾਡੇ ਬੰਦੇ, ਕੋਈ ਵੀ ਬੰਦਾ ਜਦੋਂ ਉਹ ਉਸ ਘਰੋਂ ਬਾਹਰ ਨਿਕਲਦਾ ਹੈ ਇੱਕ ਨਮਕ ਦੀ ਥੈਲੀ ਲੈਣ ਜਾਂ ਇੱਕ ਦੁੱਧ ਕਿਲੋ ਲੈਣ, ਤਾਂ ਸਮਝ ਲਓ ਉੱਥੇ ਸਰਕਾਰ ਨੂੰ ਉਹਦਾ ਟੈਕਸ ਜਿਹੜਾ ਉਹ ਟੈਕਸ ਦੇਣਾ ਸ਼ੁਰੂ ਹੋ ਜਾਂਦਾ। ਬਿਲਕੁਲ ਜੀ, ਠੀਕ ਹੈ, ਤਾਂ ਟੈਕਸ ਪੇਅਰਸ ਦੇ ਪੈਸੇ ਦੇ ਨਾਲ ਉਹਨਾਂ ਨੂੰ ਇਹ ਹੱਕ ਵੀ ਹੁੰਦਾ ਕਿ ਉਹ ਆਪਣੀ ਸੁਰੱਖਿਆ ਜਿਹੜੀ ਹੈ ਉਹਦੇ ਲਈ ਸਰਕਾਰ ਵਚਨਬੱਧ ਹੋਵੇ, ਸਰਕਾਰ ਜ਼ਿੰਮੇਵਾਰ ਹੋਵੇ। ਅਤੇ ਜਦੋਂ ਸੁਰੱਖਿਆ ਦੇ ਲਈ ਇਸ ਤਰ੍ਹਾਂ ਦੇ ਜਿਹੜੀਆਂ ਘਟਨਾਵਾਂ ਨੇ ਆਪਣੇ ਮੰਦਭਾਗੀਆਂ ਅਣਹੋਣੀਆਂ, ਇਹਨਾਂ ਨੂੰ ਜੇ ਤੁਸੀਂ ਪ੍ਰੋਪਰਲੀ ਜੇ ਇਹਨਾਂ ਨੂੰ ਡੀਲ ਹੀ ਨਹੀਂ ਕਰ ਸਕਦੇ ਇਹਨਾਂ ਘਟਨਾਵਾਂ ਨੂੰ ਵਾਪਰਨ ਤੋਂ, ਤਾਂ ਚਲੋ ਰੋਕਣ ਵਾਸਤੇ ਪ੍ਰੀਕੋਸ਼ਨਰੀ ਜਿਹੜੇ ਆਪਣੇ ਤੁਸੀਂ ਮੈਥਡ ਜਿਹੜੇ ਅਪਣਾਉਣੇ ਨੇ ਉਹ ਤਾਂ ਅਪਣਾਉਣੇ ਨੇ। ਜਦੋਂ ਇਹ ਘਟਨਾ ਕੋਈ ਘਟ ਜਾਂਦੀ ਹੈ ਤਾਂ ਉਹਦੇ ਨਾਲ ਨਜਿੱਠਣ ਦੇ ਲਈ ਨਾ ਤਾਂ ਤੁਹਾਡੇ ਕੋਲ ਇੱਛਾ ਸ਼ਕਤੀ ਹੁੰਦੀ ਹੈ, ਨਾ ਤੁਹਾਡੇ ਕੋਲ ਦਿਮਾਗ ਹੁੰਦਾ, ਅਤੇ ਨਾ ਹੀ ਸਰਕਾਰਾਂ ਦੇ ਕੋਲ ਇਕੁਪਮੈਂਟਸ ਹੁੰਦੇ ਨੇ। ਜੀ ਜੀ, ਸਰਕਾਰ ਕੋਲ ਇਸ ਵੇਲੇ ਪੂਰਾ ਇਨਫਰਾਸਟ੍ਰਕਚਰ ਹੈਗਾ ਹੈ, ਪੂਰਾ ਉਹਨਾਂ ਦੇ ਕੋਲ ਪਾਵਰ ਹੈਗੀ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਇੰਪਲੋਈਜ਼ ਹੈਗੇ ਨੇ ਜਿਹੜੇ ਉਹ ਥਾਂ ਥਾਂ 'ਤੇ ਜਾ ਕੇ ਕਾਨੂੰਨ ਨੂੰ ਲਾਗੂ ਕਰਨ ਵਾਸਤੇ ਕਰ ਸਕਦੇ ਨੇ ਕਿ ਹਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਗੱਲ ਦੱਸੀ ਜਾਵੇ ਕਿ ਕਿਸੇ ਦੇ ਘਰ ਕੋਈ ਐਸੀ ਕੋਈ ਐਸਾ ਕੋਈ ਬੋਰ ਹੈ ਜਾਂ ਕੋਈ ਕੁਛ ਐਸੀ ਗੱਲ ਹੈ ਜਿਹਦੇ ਨਾਲ ਕਿ ਕਿਸੇ ਨੁਕਸਾਨ ਹੋ ਸਕਦਾ। ਜੇ ਅਸੀਂ ਟੈਕਸ ਪੇ ਕਰਦੇ ਹਾਂ ਤਾਂ ਇਹਦਾ ਜੋ ਜ਼ਿੰਮੇਦਾਰੀ ਬਣਦੀ ਹੈ ਉਹ ਸਰਕਾਰ ਦੀ ਬਣਦੀ ਹੈ ਕਿ ਉਹ ਇਸ ਚੀਜ਼ 'ਤੇ ਐਕਸ਼ਨ ਲਵੇ ਜੀ। ਔਰ ਮੇਰੇ ਹਿਸਾਬ ਨਾਲ ਤਾਂ ਉਸ ਦੇ ਘਰ ਔਰ ਉਸ ਦੇ ਪਿੰਡ ਦੇ ਆਸ ਪਾਸ ਵੀ ਨਾਲ ਲੱਗਦੇ ਪਿੰਡਾਂ 'ਚ ਵੀ ਖਾਸ ਤੌਰ 'ਤੇ ਸਰਪੰਚਾਂ ਨੂੰ ਔਰ ਉੱਥੋਂ ਦੇ ਥਾਣੇਦਾਰਾਂ ਨੂੰ ਇਹ ਪ੍ਰੋਪਰ ਐਕਸ਼ਨ ਲੈਣਾ ਚਾਹੀਦਾ ਕਿ ਉਹਨਾਂ ਨੂੰ, ਬਲਕਿ ਰਿਪੋਰਟ ਵੀ ਦੇਣੀ ਚਾਹੀਦੀ ਹੈ ਆਪਣੇ ਜਿਹੜੇ ਕੰਸਰਨ ਉਹਦੇ ਅਫਸਰ ਨੇ ਕਿ ਵੀ ਅਸੀਂ ਐਕਸ਼ਨ ਲੈ ਲਿਆ, ਸਾਡੇ ਘੱਟੋ ਘੱਟ ਸਾਡੇ ਏਰੀਏ 'ਚ ਨਹੀਂ ਹੋਏਗਾ। ਜੇ ਹਰ ਬੰਦਾ ਇਹ ਗੱਲ ਸਮਝੇ ਤਾਂ ਹੌਲੀ 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 ਪੂਰਾ ਪੰਜਾਬ ਕਵਰ ਹੋ ਸਕਦਾ, ਔਰ ਪਰਮਾਤਮਾ ਨਾ ਕਰੇ ਅਸੀਂ ਦੁਬਾਰਾ ਐਸੇ ਫਤਿਹਜੀਤ ਸਿੰਘ ਦੀ ਕੋਈ ਹੋਰ ਖਬਰ ਪਰਮਾਤਮਾ ਨਾ ਸੁਣੋ ਆਵੇ, ਨਹੀਂ ਆ ਸਕਦੀ, ਲੇਕਿਨ ਅਸੀਂ ਐਕਸ਼ਨ ਲਈਏ ਤਾਂ ਹੋ ਸਕਦਾ ਜੀ। ਦੇਖੋ, ਗੱਲ ਸਾਡੇ ਕਈ ਦਰਸ਼ਕਾਂ ਨੂੰ ਹੋ ਸਕਦਾ ਕੌੜੀ ਲੱਗੇ, ਪਰ ਗੱਲ ਸੱਚਾਈ ਹੈ ਕਿ ਸਭ ਤੋਂ ਪਹਿਲਾਂ ਜ਼ਿੰਮੇਵਾਰ ਕੌਣ ਹੈ? ਅਸੀਂ ਇੱਕ ਡਰਾਈਵਿੰਗ ਕਰਦੇ ਹੋਏ ਸਪੋਜ਼ ਕਰੋ ਗੱਡੀ ਦੇ ਨਾਲ ਕੋਈ ਐਕਸੀਡੈਂਟ ਹੋ ਜਾਂਦਾ, ਤਾਂ ਅਣਗਹਿਲੀ ਦੇ ਨਾਲ ਜੇ ਉਹਦੇ ਵਿੱਚ ਕੋਈ ਮੌਤ ਵੀ ਹੋ ਜਾਂਦੀ ਹੈ ਤਾਂ ਉਹਦੀ FIR ਹੁੰਦੀ ਹੈ ਬਾਕਾਇਦਾ ਅਣਗਹਿਲੀ ਕਰਨ ਵਾਲੇ ਦੇ ਉੱਤੇ। ਅਤੇ ਇੱਥੇ ਦਰਸ਼ਕਾਂ ਨੇ ਫੈਸਲਾ ਕਰਨਾ ਕਿ ਅਣਗਹਿਲੀ ਕਿਹਨੇ ਕੀਤੀ। ਉਸ ਤੋਂ ਇਲਾਵਾ ਜਿਹੜੇ ਉੱਥੇ DC ਨੇ ਘਣਸ਼ਿਆਮ ਥੋਰੀ, ਜਿਹੜੇ ਕ੍ਰੈਡਿਟ ਵਾਰ ਦੇ ਵਿੱਚ ਜ਼ਿਆਦਾ ਰੁੱਝੇ ਰਹੇ, ਜਿਨ੍ਹਾਂ ਨੇ ਮੌਕੇ ਦੇ ਉੱਤੇ ਸੂਝ ਬੂਝ ਦਾ ਨਮੂਨਾ ਨਾ ਵਿਖਾਉਂਦੇ ਹੋਏ ਫੌਰੀ ਤੌਰ ਦੇ ਉੱਤੇ ਅਹਿਤਿਆਤੀ ਅਜਿਹੇ ਸਟੈਪ ਨਹੀਂ ਚੁੱਕੇ ਜਿਨ੍ਹਾਂ ਕਾਰਨ ਉਸ ਬੱਚੇ ਦੀ
जान बच सकती तो सरकार नूं चाहिए कि कार्रवाई अजिहे अफसरां ते भी की जाए। जी बिल्कुल बिल्कुल, शुरुआत होनी चाहिए है यदा जो खास जिम्मेदार है जी, और ये प्रॉपर एक्शन की खास जिम्मेदारी होनी चाहिए है, उन्हें अलर्ट नहीं किया उस पिंड का सरपंच नंबरदार भी आने चाहिए ने और मैंबर नाल जे कि उन्होंने अपने पिंड घट्टो घट्टे काम नहीं किया। एक्शन लिया गया हौली हौली पूरे पंजाब दे विच, हौली हौली पूरे अपने नॉर्थ इंडिया दे विच, हौली हौली इंडिया दे विच आऊगा और ये चीज़ा कट सकदियां ने, पर एक्शन लोगे उस तो बाद ही नैक्सट एक्शन होएगा। देखो तुंग साहब पिंड दे विच संचार दा एक सब तो वधिया जिहड़ा साधन है वह गुरद्वारा साहब विच लगे हुए स्पीकर होंदे, किसी की मज भी गवाच जाती है उस स्पीकर दे उत्ते अनाउंसमेंट होंदी है फलाने की मैस गवाच गई बई जिसने देखी इतलाह दे दे, ठीक है जी। तो सवाल पैदा यह होंदा है कि सरपंचां नूं कि अपने अपने गुरद्वारा साहब दे विच जाके जिहड़े पब्लिक एड्रेस सिस्टम ने उत्थे उन्हां दे विच अनाउंसमेंट नहीं करनी चाहिए कि अपने अपने घर दे विच बोर ना पटवाओ, जे कोई बोर पट्टिया भी गया जे कोई बो तां उहनूं ढक दिओ बंद कर दिओ, बोर जिहड़ा पटवा लिया नैचुरल है कि उहदे विच कोई ना कोई नलका कोई ना कोई मशीनरी लगी हुंदी है, जो लगी हुंदी है तां उस दे उत्ते उहनूं वरतन दे टाइम दे विच कई इस तरह दे हुंदे ने, जिवें नलका लग गया नलके दा जिहड़ा जदों नलका पट दित्ता जांदा है दूजी थां लाउण वास्ते कई लोग तो वो जिहड़ा बोर है जिहड़ा वो नलके का जिहड़ा बोर है वह भी खुला रखते हैं, बिल्कुल जी बिल्कुल ठीक है ना, पर चाहिए यह है कि उसनू भी बंद कर देना चाहिए। तो जिहड़ा वड्डा बोर है जिदे विच थले मोटर वगैरह असी ला दें पानी दे विच, तो वह बोर नू ढकना किहदी जिम्मेवारी है, जिहड़ा मालक है जिन्हें बोर करवाया, ठीक है। सो इस तरह दियां जे असीं जिहड़ियां सावधानियां ना वरतांगे दोस्तों तो साडे सामने इस तरह के हादसे जिहड़े जरूरी नहीं कि पहला हादसा होया जां रुक जाण, जे असीं सावधानी नहीं वरतांगे तो होर भी हादसों का सानू सामना करना पै सकता है। बिल्कुल जी बिल्कुल, असीं देखते हैं कि जिहड़ा धरती दे थले तकरीबन 1.5 फुट थले असीं भी देखते हैं, असीं नॉलेज लैंदे हां क्योंकि माल विभाग की जगह होंदी है जी, क्योंकि आपां नहीं पट्टदे हां तो 1.5 फुट तक थले पट्टांगे तो जिम्मेदारी उहदी होंदी है। आपां देखते हैं कि इहदे विच जिहड़ी बोरिंग होंदी है 210 फुट तक की 500 फुट तक सरकारी होंदी है, जिहड़ी बोरिंग इहदी 110 फुट तक होंदी है इहदे बोरिंग वाले बंदिआं दे प्रॉपर लाइसेंस होने चाहीदे ने, इन्हों प्रॉपर ट्रेनिंग दी जानी चाहिए है कि भाई तुम इतने जा रहे हो तुम जब तक उत्थे बोर नहीं लाते जिम्मेदारी थोड़ी जरा कि अपने प्रिकॉशन मेजर लैन उन्होंने जिथे जब तक बोर करते पे ने ख्याल रखन उस चीज़ का, उस तो बाद जिथे जे कि उन्होंने घर कोई बोर लग्या है होर वो खाली है उन्होंने खास तौर पर कह के उन्होंने बंद करवाना चाहिए। ये मेजर हौली हौली जोड़े है ये अगे वधनगे मैच्योर होणगे तो ही जाके एक्शन तुम 10 बठल मिट्टी भी पट्टनी हो भी तो माइनिंग डिपार्टमेंट की परमिशन लेनी पड़ती है, बिल्कुल ठीक है। और एडे एडे बोर पट्टे जाते हैं तो फिर ये सारे महकमे शामिल, सारे महकमे चाहिए कि इस तरह की अणगहली ना हो, जे हुई है तो ये जिम्मेवार भी सारे ने, यदि बाकायदे तौर पर उच्च पद्धरी इनकुआरी होनी चाहिए, जिहड़े जिहड़े दोषी ने वो सारे टंग दिते जाने चाहिए ने, तो अगे तो इस तरह की दुखदाई घटना पंजाब दे विच ना घटे। की ख्याल है तुहाडा? बिल्कुल, जिहड़ा पानी है जिहड़े जां होर खनिज पदार्थ ने यह देश की संपत्ति ने, यह देश का खजाना ने, और इन्हां तक पहुँचने वास्ते प्रॉपर इन्हां दे वास्ते मंजूरियां होनी चाहिए ने, इहदे वास्ते हैगा प्रॉपर जिहड़ा बंदा बोरिंग कर रहा उहनूं भी प्रॉपर तरीके नाल उहदी उहनूं ट्रेनिंग होनी चाहिए, उहनूं गाइडेंस होनी चाहिए है। ये बड़े खास काम ने और इन्हां दे अगर ये जिम्मेदारी समझांगे एक तो पानी की संभाल भी हो जानी है, उत्तों दी ये जो 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 दुर्घटनावां रोज़ हो रही ने ये भी घट जाणगियां। बिल्कुल बिल्कुल, जो दुर्घटनावां हो रही ने ये घट जाणगियां क्योंकि ये दुनिया संसार है, असं ये तो नहीं कह सकते कि घटनावां खत्म हो जाएगियां क्योंकि जरूरी नहीं कि हर एक आदमी का IQ इन्ना हो समझदा हो गल्लां, जे समझदे होण तां इस तरह दी घटनावां घटन क्यों। सो दोस्तों साडी तुहानूं यही बेनती है कि तुसीं जे आसे पासे तुहाडे इर्द गिर्द कोई इस तरह का बोर कोई इस तरह का टोआ पट्टिया गया जिहड़ा कि किसी की मौत का कारण बन सकता है तो तुसीं दोस्तों उस जिहड़े टोए के बारे तुरंत जानकारी अपने डिप्टी कमिश्नर नूं या अपने नेड़े दे थाने नूं या अपने SSP नूं पुलिस नूं जरूर जानकारी दिओ तां जो इदां दे जिहड़े कम ने, वैसे तो तुहानूं खुद ही चाहिए जिन्होंने पट्टदे ने टोए के इस तरह की घटना तो सबक लो, बहुत दर्दनाक बहुत हौलनाक घटना, एक 2 साल का बच्चा किस तरह सहक सहक के उन्हें अपनी जान दित्ती होनी है। दोस्तों अपना नक बंद करके देखो, अपना मूँह बंद करके देखो 2 सैकेंड तक लई तुहानूं जे साह लैना बंद कर दो ना तो तड़फन की हालत आ जाती है, तो वह बेचारा बच्चा जिहड़ा पता नहीं किन्ने घंटे किन्ने दिन दोनों हाथ उपर करके, और दोनों हाथ सजा मिली होंगी, जिवें सजा मिली होंगी उसनूं, और वह चमड़ी उहदी छिल्ली गई होनी उहदे विच बोर दे विच, किन्ना वह दुख दे नाल किन्ना तड़फ तड़फ के उस बच्चे की जान गई है। उम्मीद है कि तुसीं इस तरह की जिहड़ी इस तरह की हौलनाक
ਇਹ ਦਰਦਨਾਕ, ਇਹ ਦਿਲ ਕਬਾਊ, ਇਹ ਰੂਹ ਕਬਾਊ ਜਿਹੜੀ ਘਟਨਾ ਹੋਈ ਹੈ। ਉਮੀਦ ਹੈ ਕਿ ਤੁਸੀਂ ਇਸ ਤੋਂ ਸਬਕ ਸਾਰੇ ਲਓਗੇ, ਆਪਾਂ ਸਾਰੇ ਇਸ ਤੋਂ ਸਬਕ ਸਿੱਖਾਂਗੇ, ਔਰ ਸਰਕਾਰਾਂ ਨੂੰ ਵੀ ਜਿੰਨਾ ਜਿੰਨਾ ਸਰਕਾਰਾਂ ਦਾ ਦੋਸ਼ ਹੈ ਉਹਨਾਂ ਉਹਨਾਂ ਸਰਕਾਰਾਂ ਨੂੰ ਕਟਹਿਰੇ ਵਿੱਚ ਖੜਾ ਕਰਾਂਗੇ, ਔਰ ਜਿੰਨਾ ਜਿੰਨਾ ਇਸ ਤਰ੍ਹਾਂ ਦੇ ਲੋਕਾਂ ਦਾ ਦੋਸ਼ ਹੈ ਉਹਨਾਂ ਨੂੰ ਵੀ ਬਰਾਬਰ ਕਟਹਿਰੇ ਵਿੱਚ ਖੜਾ ਕਰਾਂਗੇ ਤਾਂ ਜੋ ਬਰਾਬਰ ਦੀ ਸਜ਼ਾ ਸਾਰਿਆਂ ਨੂੰ ਮਿਲੇ। ਤੋ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਬਾਰੇ ਫਿਰ ਸੁਚੇਤ ਕਰਦੇ ਹਾਂ ਦੋਸਤੋ, ਕਿ ਧਿਆਨ ਰੱਖੋ ਆਪਣੇ ਆਸੇ ਪਾਸੇ ਦਾ, ਆਪਣੇ ਆਲੇ ਦੁਆਲੇ ਦਾ, ਖਾਸ ਤੌਰ 'ਤੇ ਆਪਣੇ ਮਾਸੂਮ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ ਦੋਸਤੋ। ਨਮਸਕਾਰ। ਗੱਲ ਪੰਜਾਬ ਦੀ ਟੀਵੀ ਦੇ ਹਰ ਲੇਟੈਸਟ ਪ੍ਰੋਗਰਾਮ ਨੂੰ ਇੰਜੋਏ ਕਰਨ ਦੇ ਲਈ ਤੁਸੀਂ ਸਾਡੀ ਵੈੱਬ ਟੀਵੀ ਦੀ ਐਪ ਡਾਊਨਲੋਡ ਕਰ ਸਕਦੇ ਹੋ ਜੀ, ਪਲੇ ਸਟੋਰ 'ਤੇ ਜਾ ਕੇ ਅਤੇ ਐਪ ਸਟੋਰ 'ਤੇ ਜਾ ਕੇ ਅਤੇ ਯੂਟਿਊਬ 'ਤੇ ਵੀ ਜਨਾਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਿਓ ਤਾਂ ਕਿ ਗੱਲ ਪੰਜਾਬ ਦੀ ਟੀਵੀ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ।